ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗਗਨਦੀਪ ਸਿੰਘ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਸਵਾਗਤ ਹੈ ਅੱਜ ਅਸੀਂ ਆਪ ਜੀ ਦੇ ਸਾਹਮਣੇ ਪਟਿਆਲਾ ਸ਼ੇਪ ਦੇ ਵਿੱਚ ਵਟਾਂ ਵਾਲੀ ਦਸਤਾਰ ਸਜਾਵਾਂਗੇ ਜਿਸ ਨੂੰ ਆਪਾਂ ਫ੍ਰੀਸਟਾਈਲ ਦਸਤਾਰ ਵੀ ਕਹਿ ਸਕਦੇ ਹਾਂ ਸਭ ਤੋਂ ਪਹਿਲਾਂ ਦਸਤਾਰ ਸਜਾਉਣ ਲਈ ਆਪਾਂ ਜਿਹੜਾ ਆਪਣੇ ਕੇਸਾਂ ਨੂੰ ਸਿਰ ਦੇ ਖੱਬੇ ਪਾਸੇ ਲੈਫਟ ਸਾਈਡ ਤੇ ਢਿੱਲਾ ਜੁੜਾ ਕਰ ਲੈਣਾ ਹੈ ਕੰਨ ਦੇ ਬਿਲਕੁਲ ਸਿੱਧੇ ਵਿੱਚ ਨੈਕਸਟ ਆਪਾਂ ਜਿਹੜਾ ਬੇਸ ਯੂਜ਼ ਕਰਨਾ ਹੈ 1.5 ਮੀਟਰ ਦੀ ਲੈਂਥ ਦਾ ਬੇਸ ਹੈ ਆਪਾਂ ਹਾਫ ਸੈਂਟਰ ਦੇ ਵਿੱਚੋਂ ਕੱਟ ਕਰ ਰੱਖਿਆ ਹੈ ਚੜਾਈ ਆਪਣੀ ਲਗਭ ਤੇ ਨੈਕਸਟ ਕਿਸ ਤਰੀਕੇ ਨਾਲ بیس ਨੂੰ ਸੁਜਾਣਾ ਉਹ ਤੁਸੀਂ ਵੀਡੀਓ ਵਿੱਚ ਧਿਆਨ ਨਾਲ ਵੇਖੋ ਵੀਡੀਓ ਵਿੱਚ ਵੇਖ ਕੇ ਤੁਹਾਨੂੰ ਪਰਫੈਕਟਲੀ ਸਮਝ ਆ ਜਾਏਗਾ ਕਿਸ ਤਰੀਕੇ ਨਾਲ ਆਪਾਂ بیس ਸੁਜਾ ਰਹੇ ਹਾਂ ਜਿਹੜਾ ਆਪਾਂ ਲੈਫਟ ਸਾਈਡ ਤੇ ਜੁੜਾ ਕੀਤਾ ਹੈ ਉਹ ਆਪਾਂ ਪੱਗ ਦੀ ਫਲਾਵਟ ਦੇ ਲਈ ਕੀਤਾ ਆ ਇਸ ਸਾਈਡ ਤੋਂ ਆਪਣੀ ਪੱਗ ਦੀ ਜਿਹੜੀ ਗੁਲਾਈ ਆ ਇਸ ਜੁੜੇ ਦੇ ਨਾਲ ਹੀ ਕਰਾਂਗੇ ਆਪਾਂ ਕੇਸਾਂ ਦੇ ਨਾਲ ਹੀ ਫਲਾਵਟ ਕਰਾਂਗੇ ਕੋਈ ਐਕਸਟਰਾ ਕੱਪੜਾ ਯੂਜ਼ ਨਹੀਂ ਕਰਾਂਗੇ ਇੱਕ ਲੜ ਜਿਹੜਾ ਆ ਆਪਾਂ بیس ਦਾ ਉਹ ਕਰਨ ਤੋਂ ਕੱਢਾਂਗੇ ਤਾਂ ਕਿ ਜਿਹੜੀ ਆਪਣੇ ਕੰਨ ਦੇ ਕੋਲ ਆਪਣੀ ਦਸਤਾਰ ਦਬ ਨਾ ਜਾਵੇ ਆਪਾਂ ਜਦੋਂ ਪੱਗ ਸਜਾਵਾਂਗੇ ਉਦੋਂ ਉਸ ਜਗ੍ਹਾ ਤੇ ਦਬਾਅ ਨਾ ਜਵੇ ਟੋਆ ਨਾ ਪੈ ਜਾਵੇ ਨੈਕਸਟ ਆਪਾਂ ਬਨਾਂਗੇ 50 بیس ਆਪਣਾ ਕੰਪਲੀਟ ਹੋ ਚੁੱਕਿਆ ਹੈ ਕੇਸਾਂ ਨੂੰ ਸਲਾਈ ਦੀ ਮਦਦ ਦੇ ਨਾਲ بیس ਦੇ ਵਿੱਚ ਸੈੱਟ ਕਰ ਲੈਣਾ ਹੈ ਨੈਕਸਟ ਆਪਾਂ ਸਜਾਉਣ ਲੱਗੇ ਆ 50 ਰੈੱਡ ਕਲਰ ਦੀ 50 ਆ ਆਪਣੀ ਤੇ ਖਾਕੀ ਕਲਰ ਦੀ ਆਪਾਂ ਦਸਤਾਰ ਸਜਾਵਾਂਗੇ ਜਿਹਨੂੰ ਪੁਲਸੀਆ ਰੰਗ ਵੀ ਕਹਿ ਸਕਦੇ ਆਪਾਂ ਖਾਕੀ ਕਲਰ ਪੱਗ ਦੀ ਲੈਂਥ ਹੈਗੀ ਆ 8 ਮੀਟਰ ਤੇ ਰੂਬੀਆ ਕਪੜਾ ਜਿਹੜਾ ਆਪਣਾ 베ਸਜਾ ਆ ਉਹ ਵੀ ਰੂਬੀਆ ਕਪੜੇ ਦਾ ਹੈ 베ਸ ਦਾ ਕੋਈ ਚੱਕਰ ਨਹੀਂ ਤੁਸੀਂ ਫੁੱਲ ਵੈਲ ਸਜਾਣਾ ਫੁੱਲ ਵੈਲ ਸਜਾ ਸਕਦੇ ਹੋ ਰੂਬੀਆ ਸਜਾਣਾ ਰੂਬੀਆ ਸਜਾ ਸਕਦੇ ਹੋ ਉਸ ਦਾ ਕੋਈ ਆਪ ਇਨ ਆਇਸ਼ੂ ਨਹੀਂ ਹੈਗਾ ਨੈਕਸਟ ਆਪਾਂ ਜਿਹੜੀ ਦਸਤਾਰ ਆ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਆਪਾਂ ਕਿਹੜਾ ਕਪੜਾ ਆਪਣੇ ਦੀ ਸੈਟ ਆ ਆਪਾਂ ਕਿਹੜੀ ਇਸ ਦੀ ਹੈਂਡਲ ਕਰ ਸਕਦੇ ਆ ਜਿਹੜਾ ਫੁੱਲ ਵਾਇਲ ਕੱਪੜਾ ਹੈ ਉਹ ਦਸਤਾਰ ਹਲਕੀ ਹੁੰਦੀ ਹੈ ਤੇ ਰੂਬੀਆ ਥੋੜਾ ਜਿਹਾ ਹੈਵੀ ਕੱਪੜਾ ਹੁੰਦਾ ਇਸ ਦੇ ਵਿੱਚ ਗੋਲਾਈ ਦੀ ਸ਼ੇਪ ਜ਼ਿਆਦਾ ਵਧੀਆ ਆ ਜਾਂਦੀ ਹੈ ਸਭ ਤੋਂ ਪਹਿਲਾਂ ਆਪਾਂ ਜਿਹੜਾ ਪੂਣੀ ਕਰ ਰੱਖੀ ਆ ਪੂਣੀ ਦਾ ਟਿਊਟੋਰੀਅਲ ਆਪਣੇ YouTube ਚੈਨਲ ਤੇ ਹੈਗਾ ਤੁਸੀਂ ਵਿਜ਼ਿਟ ਕਰਕੇ ਵੇਖ ਸਕਦੇ ਹੋ ਤੇ ਬੇਸ ਦਾ ਟਿਊਟੋਰੀਅਲ ਤੁਸੀਂ ਵਿਜ਼ਿਟ ਕਰਕੇ ਵੀ ਵੇਖ ਸਕਦੇ ਹੋ ਚੈਨਲ ਤੇ ਤੇ ਆਪਣਾ ਤੁਹਾਨੂੰ ਬੇਸ ਸਜਾ ਕੇ ਦਿਖਾਇਆ ਵੀ ਆਪਾਂ ਸਭ ਤੋਂ ਪਹਿਲਾਂ ਲੜ ਆਪਾਂ ਬੈਕ ਸਾਈਡ ਤੋਂ ਲਿਆਉਣਾ ਹੈ ਸਿਰ ਦੇ ਬਿਲਕੁਲ ਸੈਂਟਰ ਤੋਂ ਥੋੜਾ ਜਿਹਾ ਰਾਈਟ ਸਾਈਡ ਵੱਲੋਂ ਲਿਆਉਣਾ ਬਿਲਕੁਲ ਸੈਂਟਰ ਦੇ ਵਿੱਚ ਨਹੀਂ ਥੋੜਾ ਜਿ ਤੇ ਆਪਾਂ ਅੱਧੀ ਅੱਖ ਅੱਧੀ ਗੱਲ ਤੇ ਅੱਧਾ ਕੰਨ ਟਾਕੇ ਲੜਨ ਨੂੰ ਲਗਾ ਦੇਣਾ ਨੈਕਸਟ ਲੜ ਜਿਹੜਾ ਆਪਾਂ ਬੈਕ ਸਾਈਡ ਤੋਂ ਲਿਆਣਾ ਜਿਹੜਾ ਸਭ ਤੋਂ ਪਹਿਲਾ ਲੜ ਲਗਾਇਆ ਉਸ ਦੇ ਬਿਲਕੁਲ ਨਾਲ ਹੀ ਇਸ ਲੜਨ ਨੂੰ ਵੀ ਲਗਾ ਦੇਣਾ ਬੈਕ ਸਾਈਡ ਤੋਂ ਲੜ ਲਿਆਣਾ ਹੈ ਫਰੰਟ ਸਾਈਡ ਤੇ ਹਲਕਾ ਜਿਹਾ ਰਾਈਟ ਸਾਈਡ ਤੇ ਹੀ ਆਪਾਂ ਨੱਕ ਤੋਂ ਥੋੜਾ ਜਿਹਾ ਰਾਈਟ ਸਾਈਡ ਤੇ ਆਪਾਂ ਪਿੰਚ ਕਰਾਂਗੇ ਲੜਨ ਨੂੰ ਕਿਉਂਕਿ ਕਈ ਵਾਰੀ ਆਪਾਂ ਦਸਤਾਰ ਸਜਾਉਂਦੇ ਸਜਾਉਂਦੇ ਆਪਣੀ ਦਸਤਾਰ ਘੁੰਮ ਜਾਂਦੀ ਆ ਸੋ ਆਪਾਂ ਥੋੜਾ ਜਿਹਾ ਰਾਈਟ ਸਾਈਡ ਤੇ ਦਸਤਾਰ ਨੂੰ ਰੱਖਾਂਗੇ ਤਾਂ ਕਿ ਜੇ ਉਹ ਘੁੰਮ ਵੀ ਜਾਵੇ ਤਾਂ ਜਿਆਦਾ ਆਪਾਂ ਨੂੰ ਸੈੱਟ ਕਰਨ ਦੀ ਲੋੜ ਨਾ ਪਵੇ ਉਹ ਆਪਣੀ ਐਗਜ਼ੈਕਟ ਲੋਕੇਸ਼ਨ ਤੇ ਆ ਜੇ ਜੇਕਰ ਐਂਡ ਤੱਕ ਦਸਤਾਰ ਇਸੇ ਜਗ੍ਹਾ ਤੇ ਰਹੀ ਆਪਾਂ ਸੈਂਟਰ ਦੇ ਵਿੱਚ ਆਪ ਹੀ ਖੁਦ ਆਪਣੇ ਹੱਥਾਂ ਦੇ ਹੈਲਪ ਦੇ ਨਾਲ ਆਪਾਂ ਦਸਤਾਰ ਨੂੰ ਸੈਂਟਰ ਦੇ ਵਿੱਚ ਕਰਾਂਗੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਹੜੇ ਵੀਰ ਦਸਤਾਰ ਸਜਾਉਣਾ ਸਿੱਖਣਾ ਚਾਹੁੰਦੇ ਹੋ ਉਹਨਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਤੁਹਾਨੂੰ ਜੇ ਕੋਈ ਚੀਜ਼ ਨਹੀਂ ਪਤਾ ਲੱਗਦੀ ਉਹ ਕਮੈਂਟਾਂ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਬੈਕ ਸਾਈਡ ਤੋਂ ਹੁਣ ਆਪਾਂ ਸੈਕੰਡ ਲੜ ਲਗਾਵਾਂਗੇ ਤੇ ਫਰੰਟ ਸਾਈਡ ਦਾ ਇਹ ਥਰਡ ਲੜ ਹੋਏਗਾ ਸੈਕੰਡ ਲੜ ਚੰਗੀ ਤਰ੍ਹਾਂ ਸਾਫ਼ ਕਰਕੇ ਬੈਕ ਸਾਈਡ ਤੋਂ ਹਲਕਾ ਜਿਹਾ ਫਰੰਟ ਸਾਈਡ ਤੇ ਲਿਆਉਣਾ ਤੇ ਜਿੱਥੇ ਆਪਾਂ ਪਹਿਲਾਂ ਲੜ ਪਿੰਚ ਕੀਤਾ ਸੀ ਉਸੇ ਜਗ੍ਹਾ ਤੇ ਸੇਮ ਉਸੇ ਜਗ੍ਹਾ ਤੇ ਇਸ ਲੜ ਨੂੰ ਵੀ ਪਿੰਚ ਕਰਨਾ ਹੈ ਜਿਆਦਾ ਆਪਾਂ ਦਸਤਾਰ ਨੂੰ ਢਿੱਲਾ ਵੀ ਨਹੀਂ ਰੱਖਣਾ ਜਿਆਦਾ ਟਾਈਟ ਵੀ ਨਹੀਂ ਕਰਨਾ ਜੇ ਆਪਾਂ ਸ਼ੇਪ ਬਣਾਉਣੀ ਹੈ ਤਾਂ ਆਪਾਂ ਨੇ ਦਸਤਾਰ ਨੂੰ ਹਲਕੇ ਹਲਕੇ ਹੱਥਾਂ ਨਾਲ ਸਜਾਵਾਂਗੇ ਆਪਾਂ ਜਿਆਦਾ ਢਿੱਲੀ ਵੀ ਨਹੀਂ ਕਰ ਲੈਣੀ ਤਾਂ ਕਿ ਮਾੜਾ ਮੋਟਾ ਆਪਣਾ ਝਟਕਾ ਵੱਲੇ ਤੇ ਆਪਣੀ ਦਸਤਾਰ ਹਿੱਲੇ ਆਪਾਂ ਨਾਰਮਲ ਜੀ ਦਸਤਾਰ ਨੂੰ ਰੱਖਣਾ ਹੈ ਤਾਂ ਕਿ ਆਪਾਂ ਨੂੰ ਕੰਫਰਟੇਬਲ ਵੀ ਰਹੇ ਦਸਤਾਰ ਖਰਾਬ ਵੀ ਨਾ ਹੋਵੇ ਤੇ ਸ਼ੇਪ ਵੀ ਆਪਣੀ ਵਧੀਆ ਬਣ ਜਾਵੇ ਤਿੰਨ ਲੜ ਆਪਣੀ ਦਸਤਾਰ ਤੇ ਲੱਗ ਚੁੱਕੇ ਨੇ ਹੁਣ ਇਸ ਤੋਂ ਬਾਅਦ ਆਪਾਂ ਲਗਾਉਣਾ ਹੈ ਚੌਥਾ ਲੜ ਬਾਜਰੀ ਦੀ ਮਦਦ ਨਾਲ ਆਪਣਾ ਜਿਹੜਾ ਸੈਂਟਰ ਪੁਆਇੰਟ ਹੈ ਉਹ ਆਪਾਂ ਨਾਲ ਦੀ ਨਾਲ ਆਪਣੇ ਲੜਾਂ ਦੇ ਲੜ ਲਗਾਉਨੇ ਆ ਨਾਲ ਦੀ ਨਾਲ ਹੀ ਉਹਨਾਂ ਨੂੰ ਸੈੱਟ ਕਰਦੇ ਰਹਿਣਾ ਬਾਦ ਦੇ ਵਿੱਚ ਕਿਉਂਕਿ ਦਿੱਕਤ ਆਉਂਦੀ ਹੈ ਇਹਨਾਂ ਨੂੰ ਸੈਂਟਰ ਪੁਆਇੰਟ 'ਤੇ ਟਿਕ ਕਰਨ ਦੇ ਜੇ ਆਪਾਂ ਨਾ ਦਸਤਾਰ ਸਜਾਉਂਦੇ ਸਜਾਉਂਦੇ ਇਹਨਾਂ ਨੂੰ ਸੈੱਟ ਕਰੀ ਜਾਵਾਂਗੇ ਤਾਂ ਬੜੇ ਹੀ ਈਜ਼ੀਲੀ ਇਹ ਸੈੱਟ ਹੋ ਜਾਂਦੇ ਨੇ ਜੇਕਰ ਸੈੱਟ ਨਹੀਂ ਵੀ ਹੋ ਰਹੇ ਹੁੰਦੇ ਤਾਂ ਆਪਾਂ ਲੜ ਨੂੰ ਦੁਬਾਰਾ ਖੋਲ ਕੇ ਲਗਾ ਕੇ ਆਪਾਂ ਸੈੱਟ ਕਰ ਸਕਦੇ ਹਾਂ ਪਰ ਬਾਦ ਦੇ ਵਿੱਚ ਆਪਣੇ ਕੋਲ ਕੋਈ ਆਪਸ਼ਨ ਨਹੀਂ ਬਚਦੀ ਸੋ ਆਪਾਂ ਨੂੰ ਨਾਲ ਦੀ ਨਾਲ ਹੀ ਆਪਣੇ ਲੜ ਸਾਫ਼ ਕਰਨੇ ਚਾਹੀਦੇ ਨੇ ਤੇ ਆਪਣਾ ਹੁਣ ਜਿਹੜਾ ਲੱਗੇਗਾ ਚੌਥਾ ਲੜ ਬੈਕ ਸਾਈਡ ਤੋਂ ਤੀਜਾ ਤੇ ਫਰੰਟ ਸਾਈਡ ਤੋਂ ਚੌਥਾ ਲੜ ਨੈਕਸਟ ਲੜ ਆਪਣਾ ਜਿਹੜਾ ਦੇਖ ਸਕਦੇ ਹੋ ਤੁਸੀਂ ਚੰਗੀ ਤਰ੍ਹਾਂ ਖੋਲ ਲੈਣੇ ਤੁਸੀਂ ਆਪਣਾ ਜਿਹੜਾ ਰਾਈਟ ਸਾਈਡ ਤੋਂ ਪੱਲਾ ਜਿੰਨਾ ਖੋ ਸਕੇ ਜਿੰਨਾ ਜ਼ਿਆਦਾ ਖੋਲੋਗੇ ਤੁਹਾਡੇ ਵੱਟ ਓਨੇ ਹੀ ਜ਼ਿਆਦਾ ਬਣਨਗੇ ਜਿੰਨਾ ਤੁਸੀਂ ਘੱਟ ਖੋਲੋਗੇ ਓਨਾ ਤੁਹਾਨੂੰ ਵੱਟ ਪਾਉਣ ਲਈ ਕਪੜਾ ਘੱਟ ਮਿਲੇਗਾ ਸੋ ਜਿੰਨਾ ਤੁਸੀਂ ਕੰਟਰੋਲ ਕਰ ਸਕੋ ਵੱਧ ਕਪੜਾ ਖੋਲ ਲਵੋ ਤਾਂ ਹੀ ਤੁਹਾਡੇ ਵੱਟ ਪ੍ਰੋਪਰ ਬਣਨਗੇ ਤੇ ਆਪਾਂ ਇਸ ਦਸਤਾਰ ਦੇ ਵਿੱਚ ਜਿਆਦਾ ਬੀਕੀ ਦੇ ਵਿੱਚ ਵਟ ਨਹੀਂ ਪਾਵਾਂਗੇ ਆਪਾਂ ਕਿਉਂਕਿ ਇਹ ਦਸਤਾਰ ਫ੍ਰੀ ਸਟਾਈਲ ਸਜਾ ਰਹੇ ਹਾਂ ਸੋ ਜਿਆਦਾ ਸਫਾਈ ਤੇ ਜਿਆਦਾ ਵਟਾਂ ਦੇ ਵੱਲ ਆਪਾਂ ਧਿਆਨ ਨਹੀਂ ਦੇਣਾ ਸਿਰਫ ਆਪਾਂ ਇਸ ਦੇ ਵਿੱਚ ਸ਼ੇਪ ਦੇ ਵੱਲ ਧਿਆਨ ਦੇਵਾਂਗੇ ਸ਼ੇਪ ਨੂੰ ਜਿਆਦਾ ਪ੍ਰੇਫਰੈਂਸ ਦੇਵਾਂਗੇ ਬਸ ਜਿਹੜੇ ਵਟ ਖਰਾਬ ਨੇ ਉਹਨਾਂ ਨੂੰ ਜ਼ਰੂਰ ਸੈੱਟ ਕਰ ਲੈਣਾ ਤਾਂ ਕਿ ਉਹ ਦੇਖਣ ਦੇ ਵਿੱਚ ਬੁਰੇ ਨਾ ਲੱਗਣ ਨਾਲ ਦੀ ਨਾਲ ਵਟ ਸੈਂਟਰ ਪੁਆਇੰਟ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਨਾਲ ਦੀ ਨਾਲ ਸੈੱਟ ਕਰਨਾ ਹੈ ਦੇਖ ਸਕਦੇ ਹੋ ਪਹਿਲਾ ਲੜ ਲਗਾਇਆ ਦੂਜਾ ਤੀਜਾ ਚੌਥਾ ਸਾਰਿਆਂ ਦੇ ਨਾਲ ਦੀ ਨਾਲ ਹੀ ਵਟਾਂ ਨੂੰ ਸੈੱਟ ਕਰ ਰਹੇ ਹਾਂ ਸੈਂਟਰ ਪੁਆਇੰਟ ਨਾਲ ਦੀ ਨਾਲ ਹੀ ਮੇਨਟੇਨ ਕਰ ਰਹੇ ਹਾਂ ਤੇ ਸਾਈਡ ਤੋਂ ਗੋਲਾਈ ਦਾ ਵੀ ਧਿਆਨ ਰੱਖਣਾ ਦਸਤਾਰ ਗੋਲ ਸ਼ੇਪ ਦੇ ਵਿੱਚ ਆ ਰਹੀ ਹੈ ਕਿ ਨਹੀਂ ਜੇ ਨਹੀਂ ਆ ਰਹੀ ਤਾਂ ਉਹਨਾਂ ਨੂੰ ਹੱਥ ਦੇ ਨਾਲ ਆਪਣੀ ਸ਼ੇਪ ਸੈੱਟ ਕਰੀ ਜਾਣੀ ਹੈ ਦਸਤਾਰ ਨਾਲ ਦਸਤਾਰ ਨੂੰ ਸਜਾਉਣ ਨਾਲੋਂ ਜ਼ਿਆਦਾ ਟਾਈਮ ਉਸ ਨੂੰ ਸੈੱਟ ਕਰਨ ਦੇ ਵਿੱਚ ਲੱਗਦਾ ਹੈ ਜਿੰਨਾ ਟਾਈਮ ਤੁਸੀਂ ਸੈੱਟ ਕਰਨ ਲਈ ਲਗਾਉਂਗੇ ਓਨੀ ਤੁਹਾਡੀ ਦਸਤਾਰ ਸੋਹਣੀ ਹੋਈ ਜਾਵੇਗੀ ਨੈਕਸਟ ਆਪਣਾ ਪੰਜਵਾਂ ਲੜ ਚੰਗੀ ਤਰ੍ਹਾਂ ਖੋਲ ਕੇ ਜਿੱਥੇ ਆਪਾਂ ਪਹਿਲਾਂ ਪਿੰਚ ਕੀਤੇ ਨੇ ਉਸੇ ਜਗ੍ਹਾ ਤੇ ਇਸ ਲੜ ਨੂੰ ਵੀ ਪਿੰਚ ਕਰਨਾ ਹੈ ਤੇ ਜਿਹੜਾ ਲੜ ਨੂੰ ਪਿੰਚ ਕਰਨਾ ਹੈ ਉਹ ਆਪਾਂ ਕੱਪੜਾ ਕੋਸ਼ਿਸ਼ ਕਰਨੀ ਹੈ ਆਪਣਾ ਕੱਪੜਾ ਅੰਦਰਲੀ ਸਾਈਡ ਨੂੰ ਨਾ ਮੁੜੇ ਜਿਸ ਜਗ੍ਹਾ ਤੇ ਆਪਾਂ ਪਿੰਚ ਕਰਨਾ ਹੈ ਬਸ ਇੱਕ ਜਗ੍ਹਾ ਤੇ ਕੱਪੜਾ ਇਕੱਠਾ ਹੋਵੇ ਤਾਂ ਹੀ ਆਪਣੇ ਵਟ ਕ੍ਰੀਏਟ ਹੋਣਗੇ ਜੇ ਤੁਸੀਂ ਲੜ ਨੂੰ ਅੰਦਰਲੀ ਸਾਈਡ ਨੂੰ ਪਿੰਚ ਕਰ ਰਹੇ ਹੋ ਜਿਵੇਂ ਆਪਾਂ ਪਲੇਨ ਲੜ ਪਟਿਆਲਾ ਛੇ ਸਿੰਪਲ ਦਸਤਾਰ ਸਜਾਉਂਦੇ ਹਾਂ ਉਸ ਦੇ ਵਿੱਚ ਕਰਦੇ ਆ ਤਾਂ ਆਪਣੇ ਵਟ ਨਹੀਂ ਬਣਨਗੇ ਸੋ ਕੋਸ਼ਿਸ਼ ਆਪਾਂ ਇਹੀ ਕਰਨੀ ਹੈ ਕਿ ਆਪਣਾ ਜਿਹੜੇ ਲੜ ਨੇ ਉਹ ਅੰਦਰਲੀ ਸਾਈਡ ਨੂੰ ਨਾ ਫੋਲਡ ਹੋਣ ਜਿਵੇਂ ਆਪਾਂ ਤੀਜੇ ਚੌਥੇ ਲੜ ਦੇ ਸੈਂਟਰ ਪੁਆਇੰਟ ਸੈੱਟ ਕੀਤਾ ਸੀ ਉਸੇ ਤਰ੍ਹਾਂ ਪੰਜਵੇਂ ਲੜ ਦੇ ਵਿੱਚ ਵੀ ਆਪਾਂ ਨਾਲ ਦੀ ਨਾਲ ਹੀ ਆਪਣਾ ਜਿਹੜਾ ਸੈਂਟਰ ਪੁਆਇੰਟ ਸੈੱਟ ਕਰ ਲਿਆ ਹੱਥ ਦੀ ਮਦਦ ਨਾਲ ਸ਼ੇਪ ਸੈੱਟ ਕਰਨੀ ਹੈ ਹੁਣ ਆਪਣਾ ਜਿਹੜਾ ਦਸਤਾਰ ਦਾ ਲੱਗੇਗਾ ਪੰਜਵਾਂ ਲੜ ਜਿਸ ਦੇ ਨਾਲ ਆਪਣੀ ਦਸਤਾਰ ਦੀ ਬਿਲਕੁਲ ਸ਼ੇਪ ਸੈੱਟ ਹੋ ਜਾਏਗੀ ਇਸ ਲੜ ਨੂੰ ਥੋੜਾ ਜਿਆਦਾ ਧਿਆਨ ਲਗਾਵਾਂਗੇ ਕਿਉਂਕਿ ਇਸ ਦੇ ਉੱਤੇ ਸਾਰੀ ਆਪਣੀ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਡਿਪੈਂਡ ਕਰਦੀ ਆ ਇੱਕ ਗੱਲ ਤੁਸੀਂ ਹੋਰ ਨੋਟ ਕਰੋ ਜਿਹੜਾ ਆਪਣਾ ਸੈਂਟਰ ਹੈ ਉਹ ਆਪਣਾ ਰਾਈਟ ਸਾਈਡ ਤੇ ਹੀ ਹੈ ਜਿੱਥੇ ਆਪਾਂ ਦਸਤਾਰ ਸਜਾਉਣੀ ਸ਼ੁਰੂ ਕੀਤੀ ਸੀ ਤੇ ਆਪਾਂ ਵੀਡੀਓ ਨੂੰ ਸਕਿੱਪ ਨਾ ਕਰਿਓ ਵੀਡੀਓ ਦੇ ਵਿੱਚ ਹੀ ਆਪਾਂ ਦਸਤਾਰ ਤੁਹਾਨੂੰ ਸਿੱਧੀ ਕਰਕੇ ਵਿਖਾਵਾਂਗੇ ਕਿ ਆਪਣਾ ਸੈਂਟਰ ਪੁਆਇੰਟ ਆਪਾਂ ਕਿਵੇਂ ਸੈੱਟ ਕਰਨਾ ਪਹਿਲਾਂ ਆਪਾਂ 5ਵਾਂ ਤੇ 6ਵਾਂ ਲੜ ਲਗਾਵਾਂਗੇ ਫਿਰ ਆਪਾਂ ਜਿਹੜਾ ਆਪਣਾ ਸੈਂਟਰ ਪੁਆਇੰਟ ਆ ਉਹ ਸੈੱਟ ਕਰਾਂਗੇ ਹੁਣ ਵਾਰੀ ਆ 6ਵੇਂ ਲੜਦੀ ਚੰਗੀ ਤਰ੍ਹਾਂ ਸੈੱਟ ਕਰਨਾ ਇਸ ਲੜ ਨੂੰ ਆਪਾਂ ਪਲੇਨ ਹੀ ਲਗਾਵਾਂਗੇ ਜਿਆਦਾ ਵੱਟ ਨਹੀਂ ਪੈਣਦੇ ਨੇ ਇਸ ਸਾਈਡ ਤੋਂ ਆਪਾਂ ਚੰਗੀ ਤਰ੍ਹਾਂ ਲੜ ਨੂੰ ਪਲੇਨ ਕਰਨਾ ਹੈ ਦੇਖ ਸਕਦੇ ਹੋ ਬਿਲਕੁਲ ਸਾਫ਼ ਕਰਕੇ ਲੜ ਨੂੰ ਫਰੰਟ ਸਾਈਡ ਤੇ ਲਿਆ ਕੇ ਉਸੇ ਤਰੀਕੇ ਨਾਲ ਪਿੰਚ ਕਰਨਾ ਜਿਵੇਂ ਆਪਾਂ ਸਾਰੀ ਲੜ ਪਿੰਚ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਆਪਣੀ ਦਸਤਾਰ ਦੀ ਕਿੰਨੀ ਸ਼ੋਣੀ ਸ਼ੇਪ ਆ ਚੁੱਕੀ ਆ ਬਿਲਕੁਲ ਗੋਲ ਸ਼ੇਪ ਆ ਬੈਕ ਸਾਈਡ ਤੋਂ ਜਿਹੜਾ ਆਪਣਾ ਸਿਰ ਕਵਰ ਕੀਤਾ ਹੈ ਉਹ ਬਿਲਕੁਲ ਗੈਪ ਬਹੁਤ ਘੱਟ ਹੋਏਗਾ ਜਿਵੇਂ ਕਿ ਅੱਜ ਕੱਲ ਵੀਰ ਜਿਹੜੇ ਨੇ ਪਸੰਦ ਕਰਦੇ ਨੇ ਕਿ ਆਪਣੇ ਦਸਤਾਰ ਦੀ ਜਿਹੜੀ ਛਾਤ ਆ ਬੈਕ ਸਾਈਡ ਤੋਂ ਛੇਪ ਥੋੜੀ ਜੀ ਹੋਵੇ ਲੜ ਖੁੱਲੇ ਖੁਲੇ ਆਣ ਉਸੇ ਦਸਤਾਰ ਦੀ ਇਹ ਸ਼ੇਪ ਉਸੇ ਦਸਤਾਰ ਲਈ ਆ ਤੁਸੀਂ ਦੇਖ ਸਕਦੇ ਅੱਗੇ ਤੁਹਾਨੂੰ ਬੈਕ ਸਾਈਡ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਕਿ ਕਿਸ ਤਰੀਕੇ ਦੀ ਆਪਣੀ ਦਸਤਾਰ ਦੀ ਬੈਕ ਸਾਈਡ ਆਈ ਆ ਬਸ ਦੇ ਨਾਲ ਆਪਣੀ ਥੋੜੀ ਜਿਹੀ ਸ਼ੇਪ ਸੈੱਟ ਕਰਨੀ ਹੈ ਤੇ ਥੋੜੀ ਦਸਤਾਰ ਦੇ ਵਿੱਚ ਸਫਾਈ ਕਰਨੀ ਹੈ ਦਸਤਾਰ ਦੇਖਣ ਦੇ ਵਿੱਚ ਸੋਹਣੀ ਲੱਗੇ ਹਲਕੇ ਜਿਹੇ ਲੜਾਂ ਇਧਰਲੀ ਸਾਈਡ ਵੀ ਆਪਾਂ ਵੱਟ ਪਾ ਲਾਂਗੇ ਫ੍ਰੀ ਸਟਾਈਲ ਦੇ ਦਸਤਾਰ ਦੇ ਵਿੱਚ ਜਿੰਨੇ ਵੱਟ ਹੋਣਗੇ ਉਹ ਉੰਨੀ ਹੀ ਜ਼ਿਆਦਾ ਸੋਹਣੀ ਲੱਗੇਗੀ ਫ੍ਰੀ ਸਟਾਈਲ ਦਾ ਮਤਲਬ ਹੀ ਆਪਣਾ ਇਹ ਹੈ ਕਿ ਵੱਟਾਂ ਵਾਲੀ ਦਸਤਾਰ ਹੋਵੇ ਫ੍ਰੀਸਟਾਈਲ ਦਸਤਾਰ ਵੈਸੇ ਜਿਆਦਾ ਜਿੰਨੀ ਆਪਾਂ ਮਿਹਨਤ ਕਰ ਰਹੇ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਫ੍ਰੀਸਟਾਈਲ ਬਿਲਕੁਲ ਮਿੰਟੋ ਮਿੰਟੋ ਦਸਤਾਰ ਸਜਾ ਸਕਦੇ ਆਪਾਂ ਘੱਟੋ ਲਗਭਗ ਘੱਟ ਤੋਂ ਘੱਟ 3 ਤੋਂ 4 ਮਿੰਟ ਦੇ ਵਿੱਚ ਬਸ ਆਪਾਂ ਥੋੜਾ ਜਿਆਦਾ ਟਾਈਮ ਲਗਾਣੇ ਆ ਉਹ ਤੁਹਾਡੀ ਸਪੀਡ ਆ ਤੁਸੀਂ ਕਿਸ ਹਿਸਾਬ ਨਾਲ ਸੈੱਟ ਕਰ ਸਕਦੇ ਹੋ ਦਸਤਾਰ ਨੂੰ ਕਿੰਨੀ ਛੇਤੀ ਸਜਾ ਸਕਦੇ ਹੋ ਸੈਂਟਰ ਪੁਆਇੰਟ ਤੁਹਾਡੇ ਸਾਹਮਣੇ ਹੁਣ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਕਿਸ ਤਰੀਕੇ ਨਾਲ ਸੈੱਟ ਕਰਨਾ ਹੈ ਜਿਹੜਾ ਸਭ ਤੋਂ ਪਹਿਲਾ ਲਾੜ ਲਗਾਇਆ ਸੀ ਉਸ ਨੂੰ ਹਲਕਾ ਜਿਹਾ ਉੱਪਰਲੀ ਸਾਈਡ ਤੋਂ ਖਿੱਚ ਕੇ ਲੈਫਟ ਸਾਈਡ ਰਾਈਟ ਸਾਈਡ ਤੋਂ ਲੈਫਟ ਸਾਈਡ ਵੱਲੋਂ ਖਿੱਚਣਾ ਉਸ ਦੇ ਨਾਲ ਆਪਣਾ ਜਿਹੜਾ ਥੱਲੇ ਵਾਲਾ ਲਾੜ ਹੈ ਉਹ ਵੀ ਸੈਂਟਰ ਹੋ ਜਾਵੇਗਾ ਹਲਕਾ ਜਿਹਾ ਸੈਂਟਰ ਹੋਰ ਥੋੜਾ ਜਿਹਾ ਸੈੱਟ ਕਰਾਂਗੇ ਆਪਣੀ ਦਸਤਾਰ ਦੇਖ ਸਕਦੇ ਹੋ ਤੁਸੀਂ ਬਿਲਕੁਲ ਸੈਂਟਰ ਦੇ ਵਿੱਚ ਆ ਗਈ ਹੈ ਤੇ ਜਿਹੜੇ ਲਾ ਢਿੱਲੇ ਹੋਏ ਸੀ ਬਾਜ ਦੇ ਨਾਲ ਉਹਨਾਂ ਨੂੰ ਟਾਈਟ ਕਰ ਲੈਣਾ। ਵਟਾਂ ਚ ਹਲਕੀ ਜਿਹੀ ਸਫਾਈ ਬਿਲਕੁਲ ਆਪਣੀ ਦਸਤਾਰ ਦੀ ਗੋਲ ਸ਼ੇਪ ਬਣ ਚੁੱਕੀ ਹੈ ਟੇਢੀ ਟੇਢੀ ਤੇ ਗੋਲ ਬਿਲਕੁਲ ਪਰਫੈਕਟ ਪਟਿਆਲਾ ਸ਼ਾਹੀ ਸ਼ੇਪ ਬਣ ਚੁੱਕੀ ਹੈ ਦਸਤਾਰ ਦੀ। ਹੁਣ ਆਪਾਂ ਸੈਕੰਡ ਮਿੰਟਰ ਦੇ ਨਾਲ ਆਪਣੇ ਜਿਹੜੇ ਬੈਕਸਾਈਡ ਵਾਲੇ ਲੜਣੇ ਉਹਨਾਂ ਨੂੰ ਵੀ ਸੈੱਟ ਕਰਾਂਗੇ ਬੈਕਸਾਈਡ ਤੋਂ ਹਲਕੇ ਹਲਕੇ ਲੜਾਂ ਨੂੰ ਸਾਫ਼ ਕਰਾਂਗੇ ਲੜਾਂ ਦੇ ਵਿੱਚ ਜਿਹੜਾ ਗੈਪ ਆ ਉਹ ਥੋੜਾ ਜਿਹਾ ਸੈੱਟ ਕਰ ਲੈਣਾ ਤਾਰ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਜਿਹੜਾ ਆਪਣੀ ਦਸਤਾਰ ਲਗਭਗ ਕੰਪਲੀਟ ਹੋ ਚੁੱਕੀ ਆ ਹੁਣ ਆਪਾਂ ਦਸਤਾਰ ਦਾ ਹਲਕੀ ਜਿਹੀ ਸ਼ੇਪ ਸੈੱਟ ਕਰਨ ਤੋਂ ਬਾਅਦ ਲਾਸਟ ਲੜ ਲਗਾਵਾਂਗੇ ਲਾਸਟ ਲਾਈਨ ਲਾਸਟ ਲੜ ਜਿਹੜਾ ਆਪਾਂ ਸ਼ੇਪ ਸੈੱਟ ਕਰਨ ਤੋਂ ਬਾਅਦ ਹੀ ਲਗਾਵਾਂਗੇ ਕਿਉਂਕਿ ਇਹ ਫਾਈਨਲ ਸਟੈਪ ਹੁੰਦਾ ਹੈ ਜਿਸ ਦਿਨ ਆਪਣੀ ਦਸਤਾਰ ਪੂਰੀ ਕੰਪਲੀਟ ਹੋ ਜਾਏਗੀ ਫਾਈਨਲ ਸਟੈਪ ਤੋਂ ਪਹਿਲਾਂ ਆਪਾਂ ਜਿਹੜੀ ਦਸਤਾਰ ਆ ਉਹ ਸੈੱਟ ਕਰ ਲੈਣੀ ਆ ਬਿਲਕੁਲ ਸ਼ੇਪ ਜਿਵੇਂ ਦੀ ਆਪਾਂ ਨੂੰ ਚਾਹੀਦੀ ਆ ਹੱਥਾਂ ਦੇ ਮਦਦ ਦੇ ਨਾਲ ਉਸ ਸ਼ੇਪ ਨੂੰ ਆਪਾਂ ਬਣਾ ਲੈਣਾ ਬੈਕ ਸਾਈਡ ਦਾ ਲੜ ਆਪਾਂ ਇੱਕ ਫੇਰਮੂਕ ਚ ਫੜ ਲੈਣਾ ਤੇ ਹੁਣ ਆਪਣਾ ਜਿਹੜਾ ਲੜ ਆ ਫਰੰਟ ਸਾਈਡ ਤੇ ਲਿਆ ਕੇ ਚੰਗੀ ਤਰ੍ਹਾਂ ਦੋਵਾਂ ਸਾਈਡਾਂ ਤੋਂ ਖੋਲ ਲੈਣਾ ਉੱਪਰ ਉੱਪਰਲਾ ਪਹਿਲਾਂ ਉੱਪਰਲੀ ਸਾਈਡ ਨੂੰ ਥੱਲੇ ਵਾਲਾ ਥੱਲੇ ਦੋਵੇਂ ਕਿਨ ਅਪਾ ਫੋਲਡ ਕਰਨੇ ਨੇ ਹਾਫ ਉੱਪਰਲੀ ਸਾਈਡ ਤੋਂ ਲੜਨ ਨੂੰ ਫੋਲਡ ਹਾਫ ਨੀਚਲੀ ਸਾਈਡ ਤੋਂ ਤੇ ਬੈਕ ਸਾਈਡ ਤੋਂ ਸਿੱਧਾ ਕਰਕੇ ਲੜਨ ਨੂੰ ਹਾਫ ਉਪਰੋਂ ਹਾਫ ਨੀਚੋਂ ਲੜ ਆਪਣਾ ਤਿਆਰ ਹੋ ਚੁੱਕਿਆ ਇਸ ਨੂੰ ਇਸੇ ਤਰੀਕੇ ਨਾਲ ਜਿਵੇਂ ਆਪ ਸੈੱਟ ਕੀਤਾ ਬਸ ਉਸੇ ਤਰੀਕੇ ਨਾਲ ਆਪਾਂ ਫਰੰਟ ਸਾਈਡ ਤੇ ਲਿਆ ਕੇ ਲਾ ਦੇਣਾ ਹਲਕੇ ਹਲਕੀਏ ਪਿੰਚ ਕਰਕੇ ਵਟ ਪਾ ਲੈਣੇ ਨੇ ਲੜਦੇ ਆ लास्ट ਲੜ ਤੇ ਪੰਜਵੇਂ ਲੜ ਦੇ ਵਿੱਚ ਆਪਾਂ ਬਾਅਦ ਫੇਰਾਂਗੇ ਤਾਂ ਕਿ ਜਿਹੜਾ ਲੜਾਂ ਦਾ ਦੋਵਾਂ ਦਾ ਲੈਵਲ ਆ ਬਰਾਬਰ ਹੋ ਜਾਵੇ ਤੇ ਪਲੇਨ ਹੋ ਜਾਣ ਲੜ ਲੜ ਨੂੰ ਫਰੰਟ ਸਾਈਡ ਤੇ ਲਿਆ ਕੇ ਬਿਲਕੁਲ ਸਿੱਧਾ ਹੀ ਆਪਾਂ ਲਗਾ ਦੇਣਾ ਪਿੰਚ ਕਰਕੇ ਇਕੱਠਾ ਜਾਂ ਕਰਕੇ ਲੜ ਨੂੰ ਬਰੀਕ ਕਰਕੇ ਜਿਵੇਂ ਲੜ ਹੈ ਉਸੇ ਤਰੀਕੇ ਨਾਲ ਆਪਾਂ ਲਗਾ ਦੇਣਾ ਉੱਪਰਲੀ ਸਾਈਡ ਲੜ ਤੇ ਆਪਾਂ ਪਿੰਨਾ ਲਗਾ ਦੇਣੀ ਹੈ ਤਾਂ ਕਿ ਬਾਅਦ ਵਿੱਚ ਇਹ ਲੜ ਢਿੱਲਾ ਨਾ ਹੋਵੇ ਜਾਂ ਫਿਰ ਖੁੱਲੇ ਨਾ ਬੈਕ ਸਾਈਡ ਤੋਂ ਤੁਸੀਂ ਸ਼ੇਪ ਦੇਖ ਸਕਦੇ ਹੋ ਕਿੰਨੀ ਸੋਹਣੀ ਆਈ ਹੈ ਬਿਲਕੁਲ ਜਿਹੜਾ ਆਪਣਾ ਸਿਰ ਦਾ ਗੈਪ ਆ ਕਿੰਨਾ ਕੱਟਿਆ ਤੇ ਬੈਕ ਸਾਈਡ ਤੇ ਆਪਾਂ ਲੜ ਨੂੰ ਲਗਾ ਦੇਣਾ ਬੈਕ ਸਾਈਡ ਤੋਂ ਦਸਤਾਰ ਦੀ ਸ਼ੇਪ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ